हेलो प्यारे बच्चों, आज इस वीडियो दे विच मैं अभ्यास 15.1 का 16वां जिहड़ा सम लेके आया हाँ। कोई भी अभ्यास जिहड़ा मैं चैप्टर जिहड़ा शुरू करदा उहदा पहला जिहड़ा वीडियो है उसनूं बिल जरूर देखिया करो चंगी तरह, क्योंकि पहले वीडियो दे विच मैं उस चैप्टर नाल संबंधित डिटेल दे विच गल्लां समझांदा हाँ। तो कोई भी जिहड़ा सम है मैं जिहड़ा ਤੁਹਾਨੂੰ ਉਹਦੇ ਵਿੱਚੋਂ ਜੇ ਮੈਂ ਇਹ ਸਮ ਕਰਵਾਉਂਦਾ ਹਾਂ ਇਹਦੇ ਵਿੱਚ ਕੋਈ ਗੱਲ ਨਹੀਂ ਸਮਝ ਲੱਗਦੀ ਹੈ ਡਿਟੇਲ ਦੇ ਵਿੱਚ, ਤਾਂ ਪਹਿਲਾ ਜਿਹੜਾ ਵੀਡੀਓ ਹੈ ਉਹਨੂੰ ਜ਼ਰੂਰ ਦੇਖੋ ਤਾਂ ਤੁਹਾਨੂੰ ਜਿਹੜਾ ਹੈ ਚੰਗੀ ਤਰ੍ਹਾਂ ਸਮਝ ਲੱਗੇਗਾ। ਅਤੇ ਇਸ ਸਵਾਲ ਦੇ ਵਿੱਚ ਕਿਸੇ ਕਾਰਨ 12 ਖਰਾਬ ਪੈੱਨ 132 ਚੰਗੇ ਪੈੱਨਾਂ ਦੇ ਵਿੱਚ ਮਿਲ ਗਏ ਹਨ ਜਾਂ ਰਲ ਗਏ ਹਨ, ਅਤੇ ਕੇਵਲ ਇਹ ਵੇਖ ਕੇ ਨਹੀਂ ਦੱਸਿਆ ਜਾ ਸਕਦਾ ਕਿ ਪੈੱਨ ਖਰਾਬ ਹੈ ਜਾਂ ਚੰਗਾ ਹੈ, ਕਿਉਂਕਿ ਇੱਕੋ ਤਰ੍ਹਾਂ ਦੇ ਹੀ ਪੈੱਨ ਹੁੰਦੇ ਹਨ ਅਤੇ ਉਹਨਾਂ ਵਿੱਚ ਦੇਖ ਕੇ ਨਹੀਂ ਦੱਸ ਸਕਦੇ ਉਹਨਾਂ ਨੂੰ ਅਸੀਂ ਵੀ ਕਿਹੜਾ ਖਰਾਬ ਹੈ ਅਤੇ ਕਿਹੜਾ ਚੰਗਾ ਹੈ। ਅਤੇ ਇਸ ਮਿਸ਼ਰਣ ਵਿੱਚੋਂ ਇੱਕ ਪੈੱਨ ਜਿਹੜਾ ਹੈ ਅਚਾਨਕ ਬਾਹਰ ਕੱਢਿਆ ਜਾਂਦਾ ਹੈ, ਉਸ ਮਿਸ਼ਰਣ ਸਾਰੇ ਜਿਹਦੇ ਵਿੱਚ ਹੀ ਖਰਾਬ ਪੈੱਨ ਹਨ ਵਿੱਚ ਹੀ ਠੀਕ ਪੈੱਨ ਹਨ, ਉਸ ਮਿਕਸਚਰ ਦੇ ਵਿੱਚੋਂ ਇੱਕ ਪੈੱਨ ਕੱਢਿਆ ਜਾਂਦਾ ਹੈ, ਤਾਂ ਬਾਹਰ ਕੱਢੇ ਗਏ ਪੈੱਨ ਦੇ ਚੰਗਾ ਹੋਣ ਦੀ ਕਿਆ ਸੰਭਾਵਨਾ ਹੈ ਕਿ ਜਿਹੜਾ ਬਾਹਰ ਨਿਕਲਿਆ ਪੈੱਨ ਹੈ ਉਹ ਚੰਗਾ ਹੋਵੇਗਾ, ਕਿ ਇਸ ਗੱਲ ਦੀ ਕਿਆ ਸੰਭਾਵਨਾ ਹੈ। ਚੰਗੇ ਪੈੱਨ ਜ਼ਿਆਦਾ ਹਨ ਇਹਦਾ ਮਤਲਬ ਉਹਦੀ ਸੰਭਾਵਨਾ ਚੰਗੇ ਨਿਕਲਣ ਦੀ ਜ਼ਿਆਦਾ ਹੈ, ਅਤੇ ਘੱਟ ਖਰਾਬ ਪੈੱਨ ਜਿਹੜੇ ਆ ਉਹ ਘੱਟ ਹਨ, ਇਸ ਕਰਕੇ ਖਰਾਬ ਪੈੱਨ ਦੇ ਨਿਕਲਣ ਦੀ ਸੰਭਾਵਨਾ ਘੱਟ ਹੁੰਦੀ ਹੈ। ਹੁਣ ਆਪਾਂ ਦੇਖਦੇ ਹਾਂ ਪਹਿਲਾਂ ਤਾਂ ਇਹਦੇ ਵਿੱਚ ਜੋ ਸਟੇਟਮੈਂਟ ਦੇ ਵਿੱਚ ਲਿਖਿਆ ਹੋਵੇ ਉਸ ਨੂੰ ਕਰਨਾ ਹੁੰਦਾ ਹੈ, ਅਤੇ ਸੋਲਿਊਸ਼ਨ ਦੇ ਵਿੱਚ ਆਪਾਂ ਜੋ ਜੋ ਕੁਛ ਹੈਗਾ ਲਿਖਿਆ ਸਾਡੇ ਸਟੇਟਮੈਂਟ ਦੇ ਵਿੱਚ, ਇਹਦੇ ਵਿੱਚ ਪੈੱਨਾਂ ਦੀ ਗੱਲ ਕੀਤੀ ਹੈ ਤਾਂ 12 ਕਿਆ ਹਨ ਖਰਾਬ ਪੈੱਨ, ਖਰਾਬ ਪੈੱਨ ਜੋ ਠੀਕ ਨਹੀਂ ਹਨ, ਖਰਾਬ ਪੈੱਨ ਬਰਾਬਰ ਹੈ ਕਿੰਨੇ 12, ਚੰਗੇ ਪੈੱਨ, ਚੰਗੇ ਪੈੱਨ ਜਾਣੀ ਕਿ ਜੋ ਠੀਕ ਪੈੱਨ ਹਨ ਉਹਨਾਂ ਦੀ ਗਿਣਤੀ ਕਿੰਨੀ ਹੈ 132, ਅਤੇ ਕੁੱਲ ਪੈੱਨ, ਕੁੱਲ ਪੈੱਨ ਅਤੇ ਜਾਂ ਕੁੱਲ ਪਰਿਣਾਮ, ਕੁੱਲ ਪਰਿਣਾਮ ਜਾਣੀ ਕਿ ਜਿੰਨਿਆਂ ਦੇ ਵਿੱਚੋਂ ਆਪਾਂ ਚੀਜ਼ ਕੱਢਣੀ ਹੈ ਉਹ ਕੁੱਲ ਕਿੰਨੇ ਹਨ, ਅਤੇ 12 ਪਲੱਸ 132 ਬਰਾਬਰ ਹੈ 144, ਜਾਣੀ ਕਿ ਕੁੱਲ ਪਰਿਣਾਮ ਜਾਂ ਕੁੱਲ ਪੈੱਨ ਜਿਹੜੇ ਹਨ ਕਿੰਨੇ ਹਨ 144। ਅਤੇ ਹੁਣ ਆਪਾਂ ਸੰਭਾਵਨਾ ਪਤਾ ਕਰਨੀ ਹੈ, ਪਹਿਲਾਂ ਸੰਭਾਵਨਾ ਦਾ ਫਾਰਮੂਲਾ ਲਿਖਣਾ ਹੁੰਦਾ, ਸੰਭਾਵਨਾ, ਸੰਭਾਵਨਾ ਦਾ ਫਾਰਮੂਲਾ ਕਿਆ ਹੈ, ਅਨੁਕੂਲ ਪਰਿਣਾਮ, ਅਨੁਕੂਲ ਪਰਿਣਾਮ, ਅਨੁਕੂਲ ਪਰਿਣਾਮ ਉਹ ਹੁੰਦੇ ਹਨ ਜਿਸ ਦੀ ਸੰਭਾਵਨਾ ਪਤਾ ਕਰਨੀ ਹੋਵੇ ਉਹ ਉਹਦੇ ਵਿੱਚ ਕਿੰਨੇ ਹਨ, ਅਤੇ ਬਟਾ ਕੁੱਲ ਪਰਿਣਾਮ, ਕੁੱਲ ਮਤਲਬ ਜਿੰਨਿਆਂ ਦੇ ਵਿੱਚੋਂ ਆਪਾਂ ਲੱਭਣਾ ਹੈ ਕੱਢਣਾ ਹੈ ਜਾਂ ਕੋਈ ਚੀਜ਼। ਅਤੇ ਹੁਣ ਇਸ ਸਵਾਲ ਦੇ ਵਿੱਚ ਸੰਭਾਵਨਾ ਕਿਸ ਚੀਜ਼ ਦੀ ਸੰਭਾਵਨਾ ਹੈ, ਸੰਭਾਵਨਾ ਬੈਕਟ ਵਿੱਚ ਕਾਹਦੀ ਸੰਭਾਵਨਾ ਉਹ ਲਿਖਣਾ ਆਪਾਂ, ਚਾਹੇ ਇੱਥੇ ਸੰਭਾਵਨਾ ਦੀ ਥਾਂ 'ਤੇ ਪੀ ਵੀ ਲਿਖ ਦਈਏ ਆਪਾਂ, ਉਹਦਾ ਮਤਲਬ ਵੀ ਸੰਭਾਵਨਾ, ਅਤੇ ਬ੍ਰੈਕਟ ਵਿੱਚ ਕਿਸ ਚੀਜ਼ ਦੀ, ਕਿਹਦੀ ਸੰਭਾਵਨਾ, ਬਾਹਰ ਕੱਢੇ ਗਏ ਪੈੱਨ ਦੇ ਚੰਗਾ ਹੋਣ ਦੀ ਸੰਭਾਵਨਾ, ਯਾਨੀ ਕਿ ਚੰਗੇ ਪੈੱਨ ਦੀ ਸੰਭਾਵਨਾ, ਸੰਭਾਵਨਾ ਚੰਗਾ ਪੈੱਨ, ਵੀ ਚੰਗਾ ਪੈੱਨ ਹੋਊਗਾ ਇਸ ਗੱਲ ਦੀ ਕਿਆ ਸੰਭਾਵਨਾ ਹੈ, ਸੰਭਾਵਨਾ ਚੰਗਾ ਪੈੱਨ, ਚੰਗਾ ਪੈੱਨ ਹੋਣ ਦੀ ਸੰਭਾਵਨਾ ਮਤਲਬ ਉਹਦੇ ਵਿੱਚ ਜਿਹੜਾ ਨਿਕਲਿਆ ਪੈੱਨ ਹੈ ਚੰਗਾ ਹੋਵੇਗਾ ਉਹਦੀ ਕਿਆ ਸੰਭਾਵਨਾ ਹੈ, ਅਤੇ ਚੰਗੇ ਪੈੱਨ ਵਾਸਤੇ ਅਨੁਕੂਲ ਪਰਿਣਾਮ ਕਿਆ ਹੋਊਗਾ, ਜਿਹੜੇ ਇਹਦੇ ਵਿੱਚ ਚੰਗੇ ਪੈੱਨ ਹਨ, ਠੀਕ ਪੈੱਨ ਹਨ, ਠੀਕ ਪੈੱਨ ਕਿੰਨੇ ਹਨ 132, ਇਹਦਾ ਮਤਲਬ ਚੰਗੇ ਪੈੱਨ ਨਿਕਲਣ ਦੇ ਜਿਹੜੇ ਅਨੁਕੂਲ ਪਰਿਣਾਮ ਹਨ ਉਹ ਕਿੰਨੇ ਹਨ 132, ਅਤੇ ਬਟਾ ਕੁੱਲ ਪਰਿਣਾਮ, ਕੁੱਲ ਪਰਿਣਾਮ ਕਿੰਨੇ ਹਨ 144। ਅਤੇ ਹੁਣ ਫਿਰ ਆਪਾਂ ਇਹਨਾਂ ਨੂੰ 132 ਨਾਲ 144 ਜਿਹੜੇ ਹੈ ਕਿ ਇਹ ਜਿਹੜੇ ਇੱਕ ਦੂਜੇ ਨਾਲ ਕੈਂਸਲ ਹੋ ਜਾਂਦੇ, ਆਪਾਂ 4 ਦੇ ਨਾਲ ਦੇਖਦੇ ਹਾਂ ਕੈਂਸਲ ਕਰਕੇ, 4 ਦਾ ਜਿਹੜਾ ਡਿਵੀਜੀਬਿਲਟੀ ਰੂਲ ਆਪਾਂ ਦੱਸਿਆ 2 ਨਾਲ ਵੀ ਕਰ ਸਕਦੇ, 2 ਦੇ ਨਾਲ ਤਾਂ ਫਿਰ ਜ਼ਿਆਦਾ ਟਾਈਮ ਲੱਗ ਜਾਊਗਾ, ਜੇ 7 ਤੋਂ ਪਹਿਲੇ ਹੀ ਵੱਡੇ ਦੇ ਨਾਲ ਕਰ ਸਕਦੇ ਅਸੀਂ, 12 ਦੇ ਨਾਲ ਕਰ ਸਕਦੇ, 12 ਦੇ ਨਾਲ ਵੀ ਕਰ ਸਕਦੇ ਹਾਂ, ਅਤੇ ਜੇ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਦਾ ਵੀ ਕਿੰਨੇ ਨਾਲ ਕਰਨਾ, ਤਾਂ ਤੁਸੀਂ ਇਹਨਾਂ ਦੋਨਾਂ ਦਾ HCF ਵੀ ਲੈ ਲਓ, ਉਹ HCF ਉਹ ਵੱਡੀ ਤੋਂ ਵੱਡੀ ਸੰਖਿਆ ਆ ਜਾਵੇਗੀ ਜਿਹਦੇ ਨਾਲ ਇਹ ਦੋਵੇਂ ਇਕੱਠ ਹੋ ਜਾਣਗੇ। ਅਤੇ ਹੁਣ ਫਿਲਹਾਲ ਆਪਾਂ 4-4 ਦੇ ਨਾਲ ਦੇਖਦੇ ਹਾਂ ਕਰਕੇ, 4 ਦੇ ਨਾਲ ਕੈਂਸਲ ਕਰਕੇ, 4 ਦਾ ਜਿਹੜਾ ਰੂਲ ਹੁੰਦਾ ਹੈ ਉਹ ਲਾਸਟ 2 ਅੰਕ ਦੇਖ ਲਈਦੇ ਵੀ ਉਹ 4 ਦੇ ਨਾਲ ਡਿਵਾਈਡ ਹੁੰਦੇ ਹਨ, ਅਤੇ ਆ 32 ਇਹ ਵੀ ਡਿਵਾਈਡ ਹੁੰਦੇ 4 ਨਾਲ, 44 ਜਿਹੜੇ ਇਹ ਵੀ ਡਿਵਾਈਡ ਹੁੰਦੇ, ਇਸ ਕਰਕੇ ਪੂਰੀ ਸੰਖਿਆ ਨੇ ਵੀ ਹੋ ਜਾਣਾ 4 ਨਾਲ ਆਪਾਂ ਕਰਦੇ ਹਾਂ। ਅਤੇ 4 ਤਿਆਂ 12 ਅਤੇ 1 13, 1 ਮੂਹਰੇ ਲੱਗ ਗਿਆ ਫਿਰ 12 ਲੱਗ ਗਿਆ, 4 ਤਿਆਂ 12 4 ਤਿਆਂ 12 ਅਤੇ 2 14 ਅਤੇ 24, 6 ਚੌਕਾ 24 36 ਬਣ ਗਏ, ਅਤੇ 33 ਨਾਲ 36 ਜਿਹੜੇ ਹੈ ਉਹ ਫਿਰ ਜਿਹੜੇ ਹੈ ਕਿਸੇ ਦੇ ਟੇਬਲ ਦੇ ਵਿੱਚ ਆ ਜਾਂਦੇ, 3 ਦੇ ਟੇਬਲ 'ਚ 11 ਦੀ ਹੈ 33 ਅਤੇ 12 ਦੀ ਹੈ 36,
ਤੇ ਹੁਣ 11 ਵਟਾ 12 ਜਿਹੜਾ ਹੈ ਉਹ ਅੱਗੇ ਹੋਰ ਕਿਸੇ ਨਾਲ ਕੈਨਸਲ ਨਹੀਂ ਹੁੰਦੇ ਤੇ ਇਸ ਕਰਕੇ 11 ਵਟਾ 12 ਜਿਹੜਾ ਹੈ ਇਸ ਸਵਾਲ ਦਾ ਜਿਹੜਾ ਆਨਸਰ ਆ ਗਿਆ ਹੈ ਯਾਨੀ ਕਿ ਚੰਗੇ ਪੈਨ ਨਿਕਲਣ ਦੀ ਸੰਭਾਵਨਾ ਕਿੰਨੀ ਹੈ 12 ਦੇ ਵਿੱਚੋਂ 11 ਜਾਂ 11 ਵਟਾ 12 ਤੇ ਇਸ ਗੱਲ ਦਾ ਖਿਆਲ ਜ਼ਰੂਰ ਰੱਖਿਆ ਕਰੋ ਕਈ ਵਾਰੀ ਜਿਹੜਾ ਆਹ ਜਿਹੜਾ ਆਨਸਰ ਹੁੰਦਾ ਹੈ ਉਹ ਹਮੇਸ਼ਾ 1 ਦੇ ਨਾਲੋਂ ਛੋਟਾ ਹੋਣਾ ਹੈ ਉਹਨੇ ਕੋਈ ਵੀ ਸਮ ਹੋਵੇ ਜਿਹੜਾ ਸੰਭਾਵਨਾ 1 ਤੋਂ ਹਮੇਸ਼ਾ ਛੋਟੀ ਹੋਊਗੀ ਜੇ ਕਿਤੇ 12 ਵਟਾ 11 ਆ ਜਾਵੇ ਤਾਂ ਉੱਪਰ ਵਾਲੇ ਵੱਡੇ ਬਣ ਗਏ ਤਾਂ ਮਤਲਬ 1 ਤੋਂ ਵੱਡੀ ਸੰਖਿਆ ਬਣ ਗਈ ਤਾਂ ਇੱਕਦਮ ਆਪ ਤੁਸੀਂ ਸਮਝ ਜਾਣਾ ਕਿ ਸਾਡਾ ਸਵਾਲ ਦੇ ਵਿੱਚ ਕਿਤੇ ਗਲਤੀ ਹੋ ਗਈ ਹੈ ਕਿਉਂਕਿ ਸੰਭਾਵਨਾ 1 ਤੋਂ ਵੱਡੀ ਨਹੀਂ ਹੋ ਸਕਦੀ ਹੈ ਅਤੇ ਆਸ ਹੈ ਕਿ ਇਹ ਤੁਹਾਨੂੰ ਜਿਹੜਾ ਹੈ ਸਵਾਲ ਪਸੰਦ ਆਇਆ ਹੋਵੇਗਾ ਜਿਹੜੀ ਵਿਧੀ ਹੈ ਪਸੰਦ ਆਈ ਹੋਵੇਗੀ ਤੁਹਾਨੂੰ ਇਹ ਸਮਝ ਲੱਗ ਗਿਆ ਹੋਵੇਗਾ ਅਤੇ ਜੇ ਸਮਝ ਲੱਗ ਗਿਆ ਤਾਂ ਹੋਰ ਬੱਚਿਆਂ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਥੈਂਕ ਯੂ ਵੈਰੀ ਮੱਚ